ਮੈਂ ਖੁਸ਼ ਹਾਂ ਤੇ ਹੋਰ ਦੁਖੀ ਰਹੇ ਕਿ ਮੈਂ ਕਰ ਵੀ ਨਹੀਂ ਸਕਦਾ ਹੁਣ ਤੱਕ ਕੋਈ ਵੀ ਬਿਜ਼ਨਸ ਕੀਤਾ ਫੇਲ ਹੀ ਹੋਇਆ ਰੁਪਿੰਦਰ ਭਾਜੀ ਨੇ ਮੇਰੀ ਬਹੁਤ ਮਦਦ ਕੀਤੀ ਹੈ ਪਰ ਹੁਣ ਸਭ ਕੁਝ ਭਾਬੀ ਦੇ ਹੱਥ ਵਿੱਚ ਹੈ ਛਲ ਕੋਈ ਗੱਲ ਨਹੀਂ ਜਿਉ ਥੋੜੇ ਘੱਟ ਪੈਸੇ ਦਿੰਦੀ ਹੈ ਪਰ ਭਾਜੀ ਦਾ ਪਿਆਰ ਤੇ ਨਹੀਂ ਘੱਟ ਹੋਇਆ ਮਨਿੰਦਰ ਜਿਉ ਤੱਕ ਗੱਲ ਮੇਗਨਾ ਨੂੰ ਡਾਂਟਣ ਦੀ ਹੈ ਮੈਂ ਭਾਬੀ ਨੂੰ ਕੁਝ ਨਹੀਂ ਕਹਿ ਸਕਦਾ ਤੂੰ ਤੇ ਉਹਨਾਂ ਦੇ ਗੁੱਸੇ ਨੂੰ ਜਾਣਦੀ ਹੈ ਇਹ ਨਾਲੇ ਪਹਿਲਾਂ ਜੋ ਇਸ ਘਰ ਵਿੱਚ ਹੋਇਆ ਉਹਨੂੰ ਦੇਖਦੇ ਹੋਏ ਸਾਨੂੰ ਭਾਬੀ ਜੀ ਦੀ ਕਿਸੇ ਵੀ ਗੱਲ ਨੂੰ ਗਲਤ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ